ਏਰੀਆ ਦਿਲ ਨੂੰ ਬਹੁਤ ਸਕੂਨ ਮਿਲਦਾ ਏਰੀਆ ਦੇਖ ਕੇ। ਚੰਨੇ ਆਪਾਂ ਇੱਥੇ ਨਾ ਘਰ ਪਾ ਲਈਏ ਯਾਰ, ਪਹਾੜੀਆਂ ਨਿੱਕੀਆਂ ਨਿੱਕੀਆਂ ਨਾ ਦੂਰ ਆਓ। ਗੁਜਰਾਤ ਦੇ ਰੋਡ ਕੋਈ ਏਡੇ ਖਾਸ ਨੀ ਰਹਿ ਗਏ, ਵਧੀਆ ਨਾ ਸਾਰੇ ਟੁੱਟ ਗਏ ਆ। ਹਾਂ, ਫੋਰ ਲੈਨ ਵੀ ਸਾਰਾ ਟੁੱਟ ਗਿਆ ਬਰਸਾਤ ਦੇ ਕਰਕੇ। ਆਹ ਤਾਂ ਰੋਡ ਸਿੰਗਲ ਆ, ਇਸ ਤੋਂ ਬਾਅਦ ਫੋਰ ਲੈਨ ਆਊਗਾ। ਲਗਾਤਾਰ ਹਟੀ ਆ ਬਰਸਾਤ, ਹੈ ਨਾ, ਬਰਸਾਤ ਕਾਰਨ ਰੋਡਾਂ ਦੀ ਐਸੀ ਤੈਸੀ ਹੋਈ ਹੋਈ ਹੈ। ਇਹ ਆ ਜੀ ਭੁੱਜ ਦਾ ਏਰੀਆ, ਇਹ ਸਾਰੇ ਏਰੀਏ ਨੂੰ ਕੱਚ ਕਹਿੰਦੇ ਆ ਨਾ। ਇਹਦੇ 2-3 ਜ਼ਿਲ੍ਹੇ ਆਉਂਦੇ ਆ, ਗਾਂਧੀ ਧਾਮ, ਭੁੱਜ, ਭਚਾਊ, ਮੰਡਵੀ, ਅੰਜਾਰ, ਮੰਡਵੀ ਬੀਚ ਵੀ ਇਹਦੇ 'ਚ ਆਉਂਦਾ ਜਿੱਥੋਂ ਲੋਡ ਕੀਤੀ ਆਪਾਂ ਗੱਡੀ।
ਇੱਧਰ ਮਤਲਬ ਘਰਾਂ ਵਗੈਰਾ ਨੂੰ ਵਾਈਟ ਰੰਗ ਜ਼ਿਆਦਾ ਹੈ ਨਾ ਕਰਦੇ ਆ, ਵਾਈਟਨੈਸ ਜੀ ਜ਼ਿਆਦਾ ਹੈ ਜਾਂ ਪਿੰਕ ਜਾਂ ਵਾਈਟ ਜ਼ਿਆਦਾ ਇੱਧਰ ਕਰਦੇ। ਆਪਣਾ ਵਹੀਕਲ ਵੱਡਾ ਹੋਣ ਕਾਰਨ ਬਾਈਪਾਸ ਨਿਕਲੇ ਹਾਂ ਜੀ ਭੁੱਜ ਦਾ ਆਪਾਂ, ਅਤੇ ਉਹ ਸਾਹਮਣੇ ਪਹਾੜੀ ਦੇ ਉੱਤੇ ਹੈਗਾ ਭੁੱਜ ਦਾ ਕਿਲਾ। ਵੈਸੇ ਤਾਂ ਦੇਖਣ ਵਾਲਾ ਪਰ ਆਪਣੇ ਕੋਲ ਹੁਣ ਟਾਈਮ ਘੱਟ ਆ, ਬਹੁਤ ਫੇਮਸ ਆ ਟੂਰਿਜ਼ਮ ਪਲੇਸ ਆ ਵੀ, ਬਹੁਤ ਸਾਰੇ ਟੂਰਿਸਟ ਆਉਂਦੇ ਆ। ਜ਼ਿਆਦਾ ਭੁੱਜ ਸ਼ਹਿਰ ਆ ਜਿਹੜਾ ਉਹ ਇਸੇ ਕਿਲੇ ਕਰਕੇ ਜ਼ਿਆਦਾ ਮਸ਼ਹੂਰ ਆ ਜੋ ਆ ਪਹਾੜੀ ਦੇ ਉੱਪਰ ਆ। ਬਹੁਤ ਤਕੜਾ ਕਿਲਾ, ਸਾਰੀ ਪਹਾੜੀ ਕਵਰ ਕੀਤੀ ਹੋਈ ਇਹਨੇ ਭੁੱਜ ਦੀ। ਉੱਪਰ ਹੈ ਜੀ ਪਹਾੜੀ ਦੇ ਕਿਲਾ ਭੁੱਜ ਦਾ, ਅਤੇ ਆਹ ਗੇਟ ਆ ਜੇ ਕਿਸੇ ਨੇ ਘੁੰਮਣ ਜਾਣਾ ਹੋਵੇ ਤਾਂ। ਚੰਨੂ ਤੇਰੇ ਤਾਏ ਦੀ ਫੋਟੋ ਹੈ, ਨਿਸ਼ਾਨਾ ਬੜਾ ਘੈਂਟ ਸੀ, ਹਲਕਾ ਕੁੱਤਾ ਉਹਨੇ ਮਾਰਿਆ। ਕੋਈ ਮਿਊਜ਼ੀਅਮ ਵਗੈਰਾ ਬਣਦਾ ਪਿਆ ਹੈ ਨਾ।